ਤਲਵੰਡੀ ਭਾਈ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਹੋਈ ਸ਼ੁਰੂ। ਇਸ ਖਰੀਦ ਦਾ ਉਦਘਾਟਨ MLA ਮੈਡਮ ਸਤਿਕਾਰ ਕੌਰ ਗਹਿਰੀ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਰੂਪਲਾਲ ਬੱਤਾ ਵੱਲੋਂ ਕੀਤਾ ਗਿਆ। ਇਸ ਮੌਕੇ ਬੱਤਾ ਨੇ ਆੜ੍ਹਤੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ ਸਾਫ਼ ਸੁਥਰਾ ਅਤੇ ਸੁੱਕਾ ਝੋਨਾ ਖਰੀਦਣ ਤਾਂ ਕਿ ਕਿਸੇ ਵੀ ਜ਼ਿਮੀਂਦਾਰ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਪ੍ਰਧਾਨ ਰੂਪਲਾਲ ਬੱਤਾ, ਤਰਸੇਮ ਸਿੰਘ ਮੱਲਾ, ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰਦੀਪ ਸਿੰਘ ਦੀਪਾ, ਤਰਸੇਮ ਕੁਮਾਰ ਬੱਤਾ, MC ਪ੍ਰਿਤਪਾਲ ਬਡਿੰਗ, ਭਜਨ ਸਿੰਘ ਸਿਆਣ ਆਦਿ ਮੌਜੂਦ। ਇੱਥੋਂ ਤਲਵੰਡੀ ਭਾਈ ਤੋਂ ਪਰਮਜੀਤ ਸਿੰਘ ਪੰਮਾ, ਆਜ਼ਾਦ TV ਨਿਊਜ਼। ਝੋਨੇ ਵਾਸਤੇ ਮੰਡੀ 'ਚ ਖਰੀਦ ਸ਼ੁਰੂ ਕਰਨ ਵਾਸਤੇ ਸਤਿਕਾਰ ਕੌਰ MLA ਨੂੰ ਟੈਲੀਫੋਨ ਕੀਤਾ ਸੀ। ਉਹਨਾਂ ਨੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਹੋਣ ਦੇ ਨਾਤੇ ਉਹਨਾਂ ਨੇ ਮੇਰੀ ਡਿਊਟੀ ਲਾਈ। ਮੈਂ ਆਪਦੀ ਡਿਊਟੀ ਨਿਭਾਉਂਦਾ ਹੋਇਆ ਸਰਦਾਰ ਗੁਰਦੀਪ ਸਿੰਘ ਸੈਕਟਰੀ, ਹੋਰ ਸਾਰੇ ਮੇਰੇ ਅਹੁਦੇਦਾਰ ਤਰਸੇਮ ਸਿੰਘ ਮੱਲਾ ਜੀ, ਸਾਡੇ ਪ੍ਰਧਾਨ ਛਾਬੜਾ ਜੀ, ਦੀਪਾ ਜੀ, ਇਹਨਾਂ ਨਾਲ ਲੈ ਕੇ ਉਹਦਾ ਮੋਚਰ ਵੇਖਿਆ ਜੋ ਕਿ 15-3 ਨਿਕਲਿਆ। ਚਰਨਜੀਤ ਜ਼ਿਮੀਂਦਾਰ ਦੀ ਢੇਰੀ ਸੀ, ਧੰਨਾ ਜੀ ਚਰਨਜੀਤ ਸਿੰਘ ਕੋਟਕੋਟ ਦੀ ਢੇਰੀ ਸੀ ਜੋ ਕਿ 15-3 ਨਿਕਲਿਆ। ਔਰ ਸਾਰੇ ਆੜ੍ਹਤੀਆਂ ਨੂੰ ਮੈਂ ਇਸ ਗੱਲੋਂ ਹਦਾਇਤ ਦਿੰਦਾ ਕਿ ਸਾਫ਼ ਸੁਥਰਾ ਮਾਲ ਕਰਕੇ ਤੋਲੋ, 17 ਤੋਂ ਉੱਤੇ ਨਾ ਤੋਲੋ, ਤਾਂ ਕਿ ਸ਼ੇਲਰ ਵਾਲੇ ਵੀ ਆਪਣੇ ਭਰਾ, ਤਾਂ ਕਿ ਉਹ ਜੇ ਸ਼ੇਲਰ ਵਾਲਾ ਖਰੀਦਦਾਰ ਬਜਦਾ ਤਾਂ ਅਸੀਂ ਬਜਦੇ ਹਾਂ, ਜ਼ਿਮੀਂਦਾਰ ਬਜਦਾ ਤਾਂ ਜ਼ਿਮੀਂਦਾਰਾਂ ਨੂੰ ਮੈਂ ਹਦਾਇਤ ਦਿੰਦਾ ਕਿ ਸੁਕਾ ਕੇ ਝੋਨਾ ਲਿਆਓ ਤਾਂ ਕਿ ਤੁਹਾਡਾ ਟਾਈਮ ਬਰਬਾਦ ਨਾ ਹੋਵੇ, ਛੇਤੀ ਢੇਰੀ ਆਵੇ, ਸਵੇਰੇ ਆਵੇ, ਸ਼ਾਮ ਨੂੰ ਤੋਲ ਕੇ ਵਿਹਲੇ ਹੋ ਜਾਓ।